ਮਨਸਾ ਪਹਿਲਾਂ ਤਾਂ ਸਵਾਗਤ ਹੈ ਦੁਆਰਾ ਯੂ ਨਿਊਜ਼ ਪੰਜਾਬ ਦੇ ਮੰਚ ਤੇ ਮੈਂ ਜਦੋਂ نیچے ਬੈਠਾ ਸੀ ਤਾਂ ਕੁਝ ਸਤਰਾਂ ਲਿਖ ਰਿਹਾ ਸੀ ਆਮ ਆਦਮੀ ਦਾ ਜਿਹੜਾ ਲਫ਼ਜ਼ ਹੈ ਬਹੁਤ ਚਰਚਿਤ ਬਣ ਚੁੱਕਿਆ ਹੈ ਪੰਜਾਬ ਔਰ ਦਿੱਲੀ ਦੀ ਸਿਆਸਤ ਦੇ ਵਿੱਚ ਜੀ ਇਹ ਹਰ ਆਮ ਚੀਜ਼ ਦਾ ਅਸਰ ਮੇਰੇ ਤੇ ਖਾਸ ਹੁੰਦਾ ਹੈ ਸਿਆਸਤ ਵਿੱਚ ਵੀ ਮੇਰਾ ਜ਼ਿਕਰ ਸਭ ਨੂੰ ਰਾਸ ਹੁੰਦਾ ਹੈ ਚੋਣਾਂ ਵਿੱਚ ਮੇਰੇ ਲਈ ਅੱਤ ਦੇ ਐਲਾਨ ਲਾਜ਼ਮੀ ਨੇ ਕਹਿੰਦੇ ਉਂਝ ਭਾਵੇਂ ਮੈਨੂੰ ਆਮ ਆਦਮੀ ਨੇ ਜੀ ਆਮ ਆਦਮੀ ਦੀ ਡੈਫੀਨੇਸ਼ਨ ਮੈਂ ਚੰਨੀ ਸਾਹਿਬ ਤੋਂ ਵੀ ਜਾਨਣਾ ਚਾਹੁੰਦਾ ਸੀ ਪੁੱਛਿਆ ਉਹਨਾਂ ਨੂੰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਮੰਜੇ ਦਾ ਨਾਗਵਾਲ ਪਾ ਲੈਂਦੇ ਆ ਇਦਾਂ ਇਹੀ ਗੱਲਾਂ ਉਹਨਾਂ ਨੇ ਕਹੀਆਂ ਤੁਹਾਡੀ ਨਜ਼ਰ ਦੇ ਵਿੱਚ ਆਮ ਆਦਮੀ ਕੀ ਹੈ ਪਰਿਭਾਸ਼ਾ ਕੀ ਹੈ ਉਹਦੀ ਦੇਖੋ ਮੇਰੀ ਨਜ਼ਰ ਦੇ ਵਿੱਚ ਆਮ ਆਦਮੀ ਦਾ ਮਤਲਬ ਹੈ ਜਿਹੜਾ ਦਸਾਂ ਨੌਹਾਂ ਦੀ ਕਮਾਈ ਕਰਦਾ ਭਾਵੇਂ ਉਹਦੀ ਟਰਨਓਵਰ 10 ਕਰੋੜ ਹੈ ਭਾਵੇਂ 20 ਕਰੋੜ ਹੈ ਉਹ ਬੈਂਕ ਦਾ ਪੈਸਾ ਲੈ ਕੇ ਭਜਦਾ ਨਹੀਂ ਤੇ ਉਹ ਕੋਈ ਦੇਸ਼ ਨੂੰ ਦੇਸ਼ ਦੀ ਸੰਪਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਕੋਈ ਫੇਰਾਫੇਰੀ ਨਹੀਂ ਕਰਦਾ ਉਹਦੇ ਕੋਲ ਭਾਵੇਂ ਮਰਸੀਡੀਜ਼ ਗੱਡੀਆਂ ਨੇ ਜੇ ਉਹ ਆਪਣੀ ਮਿਹਨਤ ਦੀ ਕਮਾਈ ਦੀ ਰੋਟੀ ਖਾਂਦਾ ਮੇਰੇ ਨਜ਼ਰਾਂ 'ਚ ਉਹ ਆਮ ਆਦਮੀ ਹੈ ਚੰਨੀ ਸਾਹਿਬ ਵੀ ਤਾਂ ਇਹ ਕਹਿੰਦੇ ਨੇ ਕਿ ਮੈਂ ਮੇਰੇ ਤੇ ਕਿਹੜਾ ਕੋਈ ਇਲਜ਼ਾਮ ਹੈਗਾ ਮੈਂ ਵੀ ਬਿਲਕੁਲ ਸਾਫ਼ ਹੈਗਾ ਮੇਰਾ ਦਾਮਨ ਤੇ ਉਹ ਆਮ ਆਦਮੀ ਨਹੀਂ ਹੈ ਫਿਰ ਨਹੀਂ ਮੈਂ ਕਹਤੋਂ ਕਹਿੰਦਾ ਨਹੀਂ ਹੈਗੀ ਪਰੇ ਹਰ ਰੋਜ਼ ਇਹ ਥੋੜੀ ਦੱਸਣਾ ਕਿ ਬਾਂਦਰ ਕਿਲੇ ਖੇਡ ਲੈਨੇ ਗੁੱਲ ਡੰਡਾ ਖੇਡ ਲੈਨੇ ਮੰਜਾ ਬੁੰਨ ਲੈਨੇ ਚਰੀ ਵੱਢ ਲੈਨੇ ਹਾਂ ਅਜੇ ਮੱਜਾਂ ਚੋਲ ਲੈਨੇ ਤੇ ਮਤ ਨਹੀਂ ਕੀ ਕੀ ਉਹ ਤਾਂ ਮੈਂ ਵੀ ਕਰ ਲੈਣਾ ਫਿਰ ਇਹ ਕੋਈ ਕਰਟੇਰੀਆ ਤੁਹਾਡਾ ਕਹਿਣ ਦਾ ਮਤਲਬ ਇਹ ਹਰ ਬੰਦਾ ਕਰਦਾ ਘਰ ਦੇ ਕੰਮ ਨੇ ਨਹੀਂ ਕੀ ਕਰਟੇਰੀਆ ਰਹੂਗਾ ਹੁਣ ਆਉਣ ਵਾਲੇ ਦਿਨਾਂ 'ਚ ਇਹ ਉੱਤੇ ਵੀ ਲਿਖਣ ਕਿ ਕਾਂਗਰਸ ਪਾਰਟੀ ਮੈਨੀਫੈਸਟੋ 'ਚ ਲਿਖੂਗੀ ਕਿ ਮੰਜਾ ਬੁੰਨ ਵਾਲੇ ਤੇ ਬਾਂਦਰ ਕਿਲੇ ਵਾਲੇ ਮੁੱਖ ਮੰਤਰੀ ਨੂੰ ਸਾਨੂੰ ਉਹ ਕਰੋ ਅਸੀਂ ਬਾਂਦਰ ਕਿਲੇ ਨੂੰ ਪ੍ਰਮੋਟ ਕਰਾਂਗੇ ਫਿਰ ਜਦੋਂ ਫਿਊਚਰ ਦੇ ਵਿੱਚ ਠੀਕ ਹੈ ਨਾ ਇਹ ਕੋਈ ਗੱਲ ਨਹੀਂ ਮੇਰਾ ਮਤਲਬ ਚਲੋ ਠੀਕ ਹੈ ਇੱਕ ਦਿਨ ਦੋ ਦਿਨ ਪੰਜ ਦਿਨ ਜਿਹਨੂੰ ਇਹ ਦੱਸਣਾ ਪੈ ਰਿਹਾ ਹਰ ਰੋਜ਼ ਕਿ ਮੈਂ ਤਾਂ ਵੀ ਕਰ ਲੈਣਾ ਮੈਂ ਤਾਂ ਵੀ ਕਰ ਲੈਣਾ ਬੰਟੀ ਵੀ ਖੇਡ ਲੈਣਾ ਮੈਂ ਮਾਈਕ ਵੀ ਠੀਕ ਕੀਤੇ ਹੋਏ ਨੇ ਮੈਂ ਟੈਂਟ ਵੀ ਲਾ ਇਹਦਾ ਮਤਲਬ ਕਿਉਂ ਦੱਸਣਾ ਪੈ ਰਿਹਾ 34.6 34 ਕਰੋੜ 60 ਲੱਖ ਦੀ ਅੰਨੀ ਸਾਹਿਬ ਨੇ 2017 ਚ ਪ੍ਰਾਪਰਟੀ ਡਿਕਲੇਅਰ ਕੀਤੀ ਹੈ ਠੀਕ ਹੈ ਨਾ ਤੇ ਰੇਤ ਮਾਫੀਆ ਜਿਹੜਾ ਉਹ ਉਹ ਕਹਿੰਦੇ ਕਿਥੇ ਬੰਦ ਹੋ ਗਿਆ ਦੱਸੋ ਕਿਥੇ 5 ਰੁਪਏ 5 ਰੁਪਏ ਰੇ ਤੱਕ ਕਿਥੇ ਮਿਲਦਾ ਜੀ ਕਿਹੜੇ 36000 ਮੁਲਾਜ਼ਮ ਪੱਕੇ ਕਰਤੇ ਪਤਾ ਨਹੀਂ ਗੰਗਾ ਨਗਰ ਤੋਂ ਲਿਆ ਕੇ ਕਰਤੇ ਇੱਥੇ ਤਾਂ ਕੋਈ ਹੋਇਆ ਨਹੀਂ ਉਹ ਬੈਠੇ ਨੇ ਸਾਰੇ ਕੱਚੇ ਬੈਠੇ ਨੇ ਜਿੰਨੇ ਵੀ ਬੈਠੇ ਨੇ ਟੀਚਰ ਬੈਠੇ ਨੇ ਸੋ ਇਸ ਕਰਕੇ ਕਾਂਗਰਸ ਪਾਰਟੀ ਸਾਨੂੰ ਰਿਪੋਰਟ ਕਾਰਡ ਦਿਖਾ ਰਹੀ ਹੈ 72 ਦਿਨਾਂ ਦਾ ਸਰ 72 ਦਿਨਾਂ ਦੇ ਰਿਪੋਰਟ ਕਾਰਡ ਦੇਖਾਂਗੇ ਅਸੀਂ ਪੌਣੇ 5 ਸਾਲ ਦਾ ਕਿੱਧਰ ਗਿਆ ਫਿਰ ਉਦੋਂ ਵੀ ਚੰਨੀ ਸਾਹਿਬ ਮਨਿਸਟਰ ਸੀਗੇ ਟੈਕਨੀਕਲ ਐਜੂਕੇਸ਼ਨ ਮਨਿਸਟਰ ਸੀ ਹਿਸਾਬ ਲੋਕ ਪੌਣੇ 5 ਸਾਲ ਦਾ ਲੈਣਗੇ 72 ਦਿਨ ਦਾ ਨਹੀਂ ਲੈਂ ਠੀਕ ਹੈ ਨਾ ਕੈਪਟਨ ਸਾਹਿਬ ਨੂੰ ਵਿਚੋ ਹੀ ਕੱਢਤਾ ਕਹਿੰਦੇ ਵੀ ਨਾ 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 ਉਹ ਤਾਂ ਪਹਿਲਾਂ ਅਣ ਦਾ ਖਰਾਬ ਸੀ ਤੇ ਖਰਾਬ ਸੀ ਹੁਣ ਦੱਸੋ ਹੁਣ ਦੱਸੋ ਕੀ ਹੈ ਪੌਣੇ 5 ਸਾਲ ਉਹਨਾਂ ਨਾਲ ਤੁਸੀਂ ਕੰਮ ਕੀਤਾ ਹੈ ਉਹ ਖੁਦ ਕਹਿ ਰਹੇ ਨੇ ਮੇਰੀ ਕੈਬਨਟ ਚ ਮਾਫੀ ਮਾਫੀ ਦਾ ਹਿੱਸਾ ਹੈ ਮਾਫੀ ਜਿਹੜੀ ਹੈ ਮੇਰੀ ਕੈਬਨਟ ਦੇ ਮੰਤਰੀ ਮਾਫੀ ਦੇ ਵਿੱਚ ਇਨਵੋਲਵ ਨੇ ਤੇ ਫਿਰ ਉਹ ਕਿੱਥੇ ਨੇ ਕੈਬਨਟ ਤਾਂ 70% ਉਹੀ ਹੈ ਅੱਛਾ ਇੱਕ ਗਿਲਾ ਦੂਰ ਹੋ ਗਿਆ ਤੁਹਾਡਾ ਤੁਸੀਂ ਹੁਣੀ ਜ਼ਿਕਰ ਕੀਤਾ ਮੇਰੇ ਸਹਿਯੋਗੀ ਬੈਠੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਆਪਣੇ ਫਾਰਮ ਹਾਊਸ ਤੋਂ ਅਸੀਂ ਨਿਕਲਦੇ ਇਹ ਗਿਲਾ ਦੂਰ ਹੋਇਆ ਹੁਣ ਕੈਪਟਨ ਜਿਹੜੇ ਚੰਨੀ ਸਾਹਿਬ ਨੇ ਉਹ ਕਹਿੰਦੇ ਮੈਂ ਤਾਂ 18 18 20 20 ਘੰਟੇ ਕੰਮ ਕਰਦਾ ਨਹੀਂ ਜਾਣਾ ਚਾਹੀਦਾ ਫਿਰ ਇਹ ਚ ਕੋਈ ਗੱਲ ਨਹੀਂ ਮੇਰਾ ਤਾਂ ਕੋਈ ਗਿਲਾ ਨਹੀਂ ਮੈਂ ਕਹਿੰਦਾ ਇਟ ਪੋਲਿਟਿਕਸ ਇ 24 ਘੰਟੇ ਦੀ ਇਹ ਕੋਈ 9 ਟੂ 5 ਜੌਬ ਥੋੜੀ ਹੈ ਕਦੇ ਵੀ ਕਿਤੇ ਜਾਣਾ ਪ ਮੁੱਖ ਮੰਤਰੀ ਤੇ ਜੰਮ ਭਰੇ ਹੋਰ ਵੀ ਵੱਧ ਹੁੰਦੀਆਂ ਨੇ ਪਰ ਹਾਂ ਮਤਲਬ ਆਪ ਖੁਦ ਖੰਬੇ ਤੇ ਚੜਨ ਦੀ ਬਜਾਏ ਜਿਹੜੇ ਖੰਬਿਆਂ ਤੇ ਚੜਨ ਵਾਲੇ ਹੜਤਾਲ ਕਰੀ ਬੈਠੇ ਨੇ ਜੇ ਉਹਨਾਂ ਦੀਆਂ ਮੰਗਾਂ ਮੰਨ ਲਓ ਜਿਨ੍ਹਾਂ ਨੂੰ ਚੜਨਾ ਹੁੰਦਾ ਉਹ ਚੜ ਜਾਣਗੇ ਆਪ ਚੜਨ ਦੀ ਲੋੜ ਨਹੀਂ ਪੈਣਦੀ ਫਿਰ ਠੀਕ ਹੈ ਮੰਗਾਂ ਮੰਨੋ ਨਾ ਕਿ ਇਹ ਕਹੋ ਕਿ ਮੈਂ ਵੀ ਇਹ ਕਰ ਲੈਣਾ ਉਹ ਸਾਰੇ ਬੈਠ ਨੇ ਪੰਜਾਬ 'ਚ ਜਿਹੜੇ ਮਰਜ਼ੀ ਸ਼ਹਿਰ ਚੱਲ ਜਾਓ ਧਰਨਾ ਚੱਲ ਰਿਹਾ ਠੀਕ ਹੈ ਮਾਨ ਸਾਹਿਬ ਇੱਕ ਆਮ ਆਦਮੀ ਪਾਰਟੀ ਦਿੱਲੀ 'ਚ ਤੁਹਾਡੀ ਸਰਕਾਰ ਹੈਗੀ ਆ ਇਹ ਗੱਲ ਜ਼ਰੂਰ ਕਹਿੰਦੇ ਨੇ ਕਿ ਸਾਡੇ ਕੋਲ ਪੂਰੇ ਅਧਿਕਾਰ ਨਹੀਂ ਹੈਗੇ ਉੱਥੇ ਦਿੱਲੀ ਦੇ ਵਿੱਚ ਪੰਜਾਬ ਇੱਕ ਸੂਬਾ ਹੈਗਾ ਤੁਹਾਨੂੰ ਕੀ ਲੱਗਦਾ ਕਿ ਸੂਬੇ ਨੂੰ ਤੁਸੀਂ ਵਧੀਆ ਤਰੀਕੇ ਨਾਲ ਚਲਾਓਗੇ ਸਮਝ ਸਕਿਓ ਆਮ ਆਦਮੀ ਪਾਰਟੀ ਕਿਉਂਕਿ ਹਾਲੇ ਤੱਕ ਤੁਸੀਂ ਰੂਲ ਦਿੱਲੀ ਚ ਕੀਤਾ ਜਿਸ ਨੂੰ ਤੁਸੀਂ ਖੁਦ ਕਹਿੰਦੇ ਹੋ ਕਿ ਸਾਡੇ ਕੋਲ ਪੂਰੇ ਅਧਿਕਾਰ ਨਹੀਂ ਹੈਗੇ ਬਿਲਕੁਲ ਅਸੀਂ ਤਾਂ ਜ਼ਿਆਦਾ ਸਮਝ ਨਹੀਂ ਸਕੂ ਸਾੰ ਤਾਂ ਪਤਾ ਲੱਗ ਗਿਆ ਨਾ ਕਿੱਥੇ ਕਿੱਥੇ ਰੋਕ ਦੇ ਰਹੇ ਹੋ ਅਰੇ ਬਾਰਡਰ ਸਟੇਟ ਵੀ ਹੈ ਐਲਜੀ ਐਲਜੀ ਜਿਹੜਾ ਕਿੱਥੇ ਕਿੱਥੇ ਅੜਚਣਾ ਪਾਉਂਦਾ ਹੈ ਕਿਵੇਂ ਕਿਵੇਂ ਡੀਡੀਏ ਕਦੇ ਕੋਈ ਰੋਕ ਲੈਂਦੀ ਹੈ ਕਿਸੇ ਫੈਸਲੇ ਨੂੰ ਸੋ ਅਸੀਂ ਤਾਂ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਚਲਾਵਾਂਗੇ ਅਸੀਂ ਪੰਜਾਬ ਨੂੰ ਅਸੀਂ ਇੰਡੀਆ ਦਾ ਮਾਡਲ ਬਣਾਵਾਂਗੇ ਤੇ ਵੀ ਹਾਂ ਅਸੀਂ ਪੰਜਾਬ ਚ ਕਰਕੇ ਦਿਖਾਇਆ ਪੰਜਾਬ ਨੂੰ ਅਸੀਂ ਦੁਬਾਰੇ ਪੰਜਾਬ ਬਣਾਉਣ ਦੀ ਗੱਲ ਕਰਦੇ ਹਾਂ ਲੰਡਨ ਪੈਰਿਸ ਕੈਲੀਫੋਰਨੀਆ ਬਣਾਉਣ ਦੀ ਗੱਲ ਨਹੀਂ ਕਰਦੇ ਅਸੀਂ ਦਿੱਲੀ ਮਾਡਲ ਜਿਹੜਾ ਉਹ ਸੱਚਾ ਮਾਡਲ ਦਿੱਲੀ ਦਾ 250 ਕਿਲੋਮੀਟਰ ਤੁਸੀਂ ਜਾ ਕੇ ਆਪ ਦੇਖੋ ਤੁਹਾਡੇ ਕੈਮਰੇ ਤੁਹਾਡਾ ਆਫਿਸ ਦਿੱਲੀ ਚ ਹੈ ਉਥੇ ਕੈਮਰੇ ਨੇ ਤੁਹਾਡੇ ਕੋਲ ਤੁਸੀਂ ਅਸੀਂ ਗੁਜਰਾਤ ਵਾਂਗੂ ਝੂਠਾ ਮਾਡਲ ਨਹੀਂ ਦਿਖਾਉਂਦੇ ਅੱਛਾ ਸਿੱਧੂ ਸਾਹਿਬ ਗਏ ਉਹ ਕਹਿੰਦੇ ਗੈਸਟ ਫੈਕਲਟੀ ਟੀਚਰ ਉੱਥੇ ਪ੍ਰਦਰਸ਼ਨ ਕਰ ਰਹੇ ਆ ਮੁੱਖ ਮੰਤਰੀ ਸਾਹਿਬ ਦੇ ਕੇਜਰੀਵਾਲ ਸਾਹਿਬ ਦੇ ਘਰ ਦੇ ਬਾਹਰ ਜਿਹੜੇ ਗੈਸਟ ਫੈਕਲਟੀ ਟੀਚਰ ਹਨ ਪਹਿਲਾਂ ਉਹਨਾਂ ਦੀ ਸ਼ੀਲਾ ਦੀਕਸ਼ਿਤ ਜੀ ਵੇਲੇ 6000 ਰੁਪਏ ਤਨਖਾਹ ਹੁੰਦੀ ਸੀ 36000 ਰੁਪਏ ਤਨਖਾਹ ਕਰਤੀ ਜੀ ਤੇ 5 ਅਕਤੂਬਰ 2017 ਨੂੰ ਉਹਨੂੰ ਪਰਮਾਨੈਂਟ ਕਰਨ ਦਾ ਬਿੱਲ ਆਂਦਾ ਬਿੱਲ ਪਾਸ ਕਰਤਾ ਵਿਧਾਨ ਸਭਾ ਨੇ ਐਲਜੀ ਨੇ ਉਹਨੂੰ ਕੈਨਸਲ ਕਰਤਾ ਆਹੀ ਚੀਜ਼ਾਂ ਅਸੀਂ ਇੱਥੇ ਪੰਜਾਬ ਵਿੱਚ ਕਰਾਂਗੇ ਸੋ ਇਸ ਦਾ ਕਿ ਅਸੀਂ ਕੋਈ ਇਹ ਨਹੀਂ ਕਹ ਉਹੀ ਕਰਨਾ ਚਾਹੁੰਦੇ ਆ ਤੇ ਜੋ ਕਰ ਸਕਦੇ ਆ ਉਹੀ ਕਰਾਂ ਅੱਛਾ ਤੁਸੀਂ ਪਾਰਲੀਮੈਂਟ ਵਿੱਚ ਬਹੁਤ ਵਧੀਆ ਜਿਹੜਾ ਬੋਲਦੇ ਹੋ ਔਰ ਜੋ ਪ੍ਰਧਾਨ ਮੰਤਰੀ ਸਾਹਿਬ ਨੂੰ ਤੁਸੀਂ ਕਵਿਤਾ ਵੀ ਸੁਣਾ ਦਿੰਦੇ ਹੋ ਪੰਜਾਬ ਦੇ ਵਿੱਚ ਐਲਾਨ ਜਿਹੜੇ ਨੇ ਉਹ ਕੇਜਰੀਵਾਲ ਆ ਕੇ ਕਰਦੇ ਨੇ ਜਾਂ ਮਨੀਸ਼ ਸੋਧਿਆ ਆ ਕੇ ਕਰਦੇ ਨੇ ਵਿਰੋਧੀ ਤੁਹਾਡੇ ਤੇ ਇਹ ਤੰਜ਼ ਕੱਸਦੇ ਨੇ ਕਿ ਤੁਸੀਂ ਐਲਾਨ ਕਿਉਂ ਨਹੀਂ ਕਰਦੇ ਤੁਸੀਂ ਬਹੁਤ ਅੱਛੇ ਬੁਲਾ ਰਹੇ ਹੋ ਤੁਸੀਂ ਉਹਨਾਂ ਮਸਲਿਆਂ ਦੇ ਉੱਪਰ ਗੱਲ ਕਿਉਂ ਨਹੀਂ ਕਰਦੇ ਨੀ ਕਰ ਜਿਵੇਂ ਗਰੰਟੀਆਂ ਦੀ ਗੱਲ ਹੈ ਗਰੰਟੀ ਕਹਿੰਦੇ ਵੀ ਅਰਵਿੰਦ ਕੇਜਰੀਵਾਲ ਦੇ ਰਹੇ ਨੇ ਆ ਕੇ ਭਗਵੰਤ ਮਾਨ ਜੀ ਇੱਥੇ ਦੀ ਲੀਡਰਸ਼ਿਪ ਕਿਉਂ ਨਹੀਂ ਕਰ ਰਹੀ ਅਰਵਿੰਦ ਦੇਖੋ ਸਾਡੇ ਨੈਸ਼ਨਲ ਪ੍ਰਧਾਨ ਨੇ ਜੀ ਤਾਂ ਨੈਸ਼ਨਲ ਪ੍ਰਧਾਨ ਆ ਕੇ ਗਰੰਟੀ ਦੇਣਗੇ ਤਾਂ ਅਸੀਂ ਸਾਡੀ ਟੀਮ ਨਾਲ ਹੈਗੀ ਹੈ ਅਸੀਂ ਉਹਨੂੰ ਇੰਪਲੀਮੈਂਟ ਕਰਨਾ ਸਾਡਾ ਕੰਮ ਹੈ ਤਾਂ ਜੇ ਸਾਡੇ ਕੋਲੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਧਿਆ ਐਸੇ ਚਿਹਰੇ ਨੇ ਜਿਨ੍ਹਾਂ ਨੂੰ ਲੋਕ ਜਾਣਦੇ ਇੰਡੀਆ ਉਹ ਇੱਥੇ ਆ ਜਾਂਦੇ ਨੇ ਤਾਂ ਤਰਾਜ ਹੈ ਤੇ ਬੀਜੇਪੀ ਦਿੱਲੀ ਦੇ ਵਿੱਚ ਮਤਲਬ ਲਗਭਗ 200 ਐਮਪੀ ਵਿੱਚ ਹੀ ਅੰਮ੍ਰਿਤਸਰ ਜੀ ਵਿੱਚ ਹੀ ਸਾਰੇ ਰਾਜਾਂ ਦੇ ਮੁੱਖ ਮੰਤਰੀ ਵਿੱਚ ਉਹ ਐਨੇ 250 ਦੀ ਫੌਜ ਉੱਥੇ ਫਿਰਦੀ ਸੀ ਗਲੀਆਂ 'ਚ ਅਸੀਂ ਤਾਂ ਕਦੇ ਕਹਿਆ ਨਹੀਂ ਵੀ ਤੁਸੀਂ ਕਿਉਂ ਆਏ ਹੋ ਕੱਲ ਕੱਲੇ ਸਾਡੇ ਇਦਾਂ ਸਾਨੂੰ ਤਾਂ ਇਹਨਾਂ ਨਾਲ ਲੜ ਲੈਣ ਦਿਓ ਇਲੈਕਸ਼ਨ ਹੈ ਇਲੈਕਸ਼ਨ 'ਚ ਜੇ ਸਾਡਾ ਕੋਈ ਨੇਤਾ ਇੱਥੇ ਆ ਕੇ ਗੱਲ ਕਰਦਾ ਤਾਂ ਤੁਸੀਂ ਆਏ ਕਿ ਉਹਨਾਂ ਨਾ ਨਾ ਵੀ ਤਾਂ ਇਹਦਾ ਇਹਨੂੰ ਨਾ ਲੱਗਿਆ ਉਹ ਉਸ ਤਾਂ ਤੁਹਾਡੇ ਨਾਲ ਹੀ ਲੜਾਂਗੇ ਇਹ ਥੋੜੀਏ ਕੋਈ ਇੱਥੇ ਕੋਈ 11 11 ਦੀ ਟੀਮ ਹੈ ਕਿ ਅਸੀਂ 12 ਖਿਡਾ ਰਹੇ ਜਾਂ 13 ਖੜਾ ਰਹੇ ਸੋ ਆਉਣਗੇ ਉਹ ਤਾਂ ਕੱਲ ਨੂੰ ਵੀ ਆ ਰਹੇ ਨੇ ਉਹ ਅੱਛਾ ਕਿਸਾਨੀ ਮੈਂ ਲਾਸਟ ਸਵਾਲ ਹੈ ਮੇਰਾ ਕਿਸਾਨੀ ਮਸਲਾ ਹਮੇਸ਼ਾ ਐਮ ਰਿਹਾ ਹੈ ਔਰ ਇਸ ਵਾਰ ਤਾਂ ਕਾਫੀ ਅਹਿਮ ਹੈ ਕਿਉਂਕਿ ਇਥੇ ਤਿੰਨ ਖੇਤੀ ਕਾਨੂੰਨ ਬਣੇ ਸੀ ਰੱਦ ਹੋਏ ਨੇ ਪੰਜਾਬ ਦੀ ਅਗਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਕਿਸਾਨੀ ਲਈ ਤੁਸੀਂ ਕੀ ਕਰੋਗੇ ਕਾਕਾ ਰਣਦੀਪ ਸਿੰਘ ਨਾਭਾ ਜੀ ਕੈਬਨਿਟ ਮਿਨਿਸਟਰ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਉਹਨਾਂ ਨੇ ਕਿਹਾ ਕਿ ਅਸੀਂ 113 ਫਸਲਾਂ ਤੇ ਐਮਐਸਪੀ ਦਵਾਂਗੇ ਤੁਸੀਂ ਤੁਹਾਡੀ ਸਰਕਾਰ ਕਿੰਨੀਆਂ ਤੇ ਦੇਵਾਂਗੇ 113 113 ਫਸਲਾਂ ਤੇ ਐਮਐਸਪੀ ਫਸਲਾਂ ਤੇ 23 24 ਨੇ ਨਹੀਂ ਉਹਨੇ ਜ਼ਿਕਰ ਕੀਤਾ ਫਸਲਾਂ ਨਵੀਆਂ ਚਲਾਉਣਗੇ ਕੋਈ ਹੱਦ ਹੈ ਹਜੇ ਦੋ ਫਸਲਾਂ ਤੇ ਚੱਲ ਰਹੀ ਹੈ 6% ਲੋਕਾਂ ਨੂੰ ਐਮਐਸਪੀ ਮਿਲ ਰਹੀ ਹੈ ਸਿਰਫ ਉਹ ਵੀ ਉਹ ਵੀ ਪੰਜਾਬ ਤੇ ਹਰਿਆਣੇ ਚ ਸੋ ਐਮਐਸਪੀ ਤਾਂ 23 24 ਫਸਲਾਂ 23 ਫਸਲਾਂ ਤੇ ਜੇ ਐਮਐਸਪੀ ਦੀ ਗਾਰੰਟੀ ਹੋ ਜੇ ਨਾ ਜੇ ਮੈਨੂੰ ਇਹ ਹੀ ਨਹੀਂ ਪਤਾ ਕਿ ਮੈਂ ਜਿਹੜੀ ਫਸਲ ਬੀਜ ਰਿਆਂ ਉਹ बिकੂਗੀ ਜਾਂ ਨਹੀਂ बिकੂਗੀ ਮੈਂ ਕਿਉਂ ਬੀਜੂਗਾ ਉਹਨੂੰ ਜੀ ਮੈਨੂੰ ਕੀ ਪਤਾ ਮੈਂ ਕਿੱਥੇ ਲੈ ਕੇ ਜਾਊਂਗਾ ਉਹਨੂੰ ਕਿੱਥੇ ਉਹਦੀ ਮਾਰਕੀਟਿੰਗ ਹੋਊਗੀ ਕੀ ਹੋਊਗਾ ਤਾਂ ਫਿਰ ਮੈਂ ਮੈਂ ਝੋਨਾ ਵੇਚੂਗਾ ਝੋਨਾ ਵੇਚੂਗਾ ਤਾਂ ਅੱਜ ਪੰਜਾਬ ਦਾ ਜਿਹੜਾ ਧਰਤੀ ਦਾ ਪਾਣੀ ਹੈ 500 ਫੁੱਟ ਤੇ ਚਲਾ ਗਿਆ ਆਉਣ ਵਾਲੇ 20 ਸਾਲਾਂ ਦੇ ਵਿੱਚ ਵਿਗਿਆਨੀ ਦੱਸਦੇ ਨੇ ਕਿ ਆਉਣ ਵਾਲੇ 20 ਸਾਲਾਂ ਚ ਖਾਸ ਤੌਰ ਤੇ ਮਾਲਵਾ ਬੈਲਟ ਜਿਹੜੀ ਹੈ ਉਹ ਮਾਰੂਥਲ ਬਣ ਜਾਊਗੀ ਤੇ ਝੋਨਾ ਹੁਣ ਉਹਨਾਂ ਕੋਲੇ ਚਾਵਲ ਐਨੇ ਪਏ ਨੇ ਕਿ 5 ਸਾਲ ਭਾਵੇਂ ਨਾ ਵੀ ਗਾਵੇ ਦੇਸ਼ ਤਾਂ ਵੀ ਉਹਨਾਂ ਕੋਲੇ ਇੰਨਾ ਕੁਝ ਪਿਆ ਸੋ ਐਫਸੀਆਈ ਭੱਜ ਰਹੀ ਹੈ ਐਮਐਸਪੀ ਤੋਂ ਮੈਂ ਐਫਸੀਆਈ ਕਮੇਟੀ ਦਾ ਮੈਂਬਰ ਆ ਸੋ ਇਸ ਕਰਕੇ ਕਿਸਾਨੀ ਨੂੰ ਜੇ ਬਚਾਉਣਾ ਹੈ ਉਹਦੇ ਵਾਸਤੇ ਇੱਕ ਸਿਰ ਜੋੜ ਕੇ ਬੈਠ ਕੇ ਇੱਕ ਪਾਲਿਸੀ ਬਣਾਉਣੀ ਪਊ ਕੋਆਪਰੇਟ ਸੁਸਾਇਟੀਆਂ ਨੂੰ ਜਿੰਦਾ ਕਰਨਾ ਪਊ ਕਿ ਇਹ ਕੋਈ ਇਕੱਲਾ ਇਹ ਬਿਲਾ ਨਾਲ ਨਹੀਂ ਬਿਲਾ ਤੋਂ ਪਹਿਲਾਂ ਵੀ ਹਾਲਤ ਮਾੜੀ ਹੋਈ ਸੀ ਨਾ ਥੱਲੇ ਬਿਲ ਵਾਪਸ ਲੈ ਕੇ ਕਿਹੜਾ ਕੋਈ ਕੋਈ ਹਾਲਤ ਚੰਗੀ ਹੋ ਜਾਊਗੀ ਮੈਂ ਉਹੀ ਪੁੱਛ ਰਿਹਾ ਹਾਂ ਤੁਹਾਡੇ ਕੋਲ ਤੁਸੀਂ ਤੁਹਾਡੇ ਕੋਲ ਰੋਡ ਮੈਪ ਕੀ ਹੈ ਨਹੀਂ ਨਹੀਂ ਸਾਡੇ ਕੋਲ ਰੋਡ ਮੈਪ ਪੂਰਾ ਐਗਰੀਕਲਚਰ ਦਾ ਪੂਰਾ ਰੋਡ ਮੈਪ ਅਸੀਂ ਦੇਵਾਂਗੇ ਤੇ ਬਕਾਇਦਾ ਤੌਰ ਤੇ ਕਿਸਾਨ ਨੂੰ ਦੇਖੋ ਕਿਸਾਨ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਸਹਾਇਕ ਧੰਦਾ ਵੀ ਨਾਲ ਦੇਣਾ ਪਊ ਭਾਵੇਂ ਪਰ ਵੀਕ ਭਾਵੇਂ ਪਰ ਮੰਤ ਭਾਵੇਂ ਡੇਲੀ ਉਹਦੇ ਬੇਟੇ ਨੂੰ ਜਾਂ ਉਹਨੂੰ ਕੋਈ ਪੈਸੇ ਆਉਣ ਉਹ 100% ਫਸਲਾਂ ਤੇ ਡਿਪੈਂਡਡ ਨਾ ਰਹੇ ਨਹੀਂ ਤਾਂ 6 ਮਹੀਨਿਆਂ ਦੀ ਫਸਲ ਹੁੰਦੀ ਹੈ ਅੱਧੇ ਘੰਟੇ ਦੀ ਬੇਮੌਸਮੀ ਬਰਸਾਤ ਉਹਦਾ ਸਾਰਾ ਘਰ ਬਰਬਾਦ ਕਰ ਜਾਂਦੀ ਹੈ 100% ਡਿਪੈਂਡ ਰਹਿ ਹੋ ਜਾਂਦਾ ਉਹ ਸੋ ਇਸ ਕਰਕੇ ਕੋਈ ਨਾ ਕੋਈ ਇਸ ਤਰ੍ਹਾਂ ਦੇ ਸਹਾਇਕ ਧੰਦੇ ਉਹਨੂੰ ਉਹਨੂੰ ਨਾਲ ਖੇਤੀ ਵਿਗਿਆਨੀਆਂ ਨੂੰ ਲੈ ਕੇ ਉਹਨਾਂ ਤੋਂ ਕੋਈ ਆਈਡੀਆਜ਼ ਲਵਾਂਗੇ ਪੀਏਯੂ ਬੁੱਢੀ ਹੋ ਚੁੱਕੀ ਹੈ ਉਹਨੂੰ ਉਹਨੂੰ ਜਿਉਂਦੀ ਕਰਾਂਗੇ ਪੀਏਯੂ ਚ 1700 ਸਟੂਡੈਂਟ ਹੈ 4500 ਮੁਲਾਜ਼ਮ ਹੈ ਪੀਏਯੂ ਦਾ ਆਪ ਦਾ ਨਰਮਾ ਮਰ ਜਾਂਦਾ ਜੀ ਮਾਨਸਬਠਿੰਡਾ ਜ਼ਿਲ੍ਹੇ ਚ ਪੀ.ਏ.ਯੂ ਦਾ ਆਪ ਦਾ ਨਰਮਾ ਚਿੱਟੀ ਮੱਖੀ ਨਾ ਮਰ ਗਿਆ। ਇਸ ਵਾਰ ਜਿਹੜੀ ਗੁਲਾਬੀ ਮੱਖੀ ਸੀ ਉਹਦੇ ਨਾਲ ਮਰ ਗਿਆ। ਸੋ ਪੀ.ਏ.ਜੀ ਕੀ ਖੋਜਾਂ ਕਰੂਗੀ ਜੀ? ਉਹ ਤਾਂ ਆਪ ਦਾ ਨਰਮਾ ਮਰ ਜਾਂਦਾ ਉਹਨਾਂ ਦਾ। ਉਹਦਾ ਤਨਖਾਹ ਨਹੀਂ ਪੂਰੀਆਂ ਹੋ ਰਹੀਆਂ। ਸੋ ਇਸ ਕਰਕੇ ਜਿਹੜੇ ਖੇਤੀ ਦੀਆਂ ਸੰਸਥਾਵਾਂ ਨੇ ਉਹਨਾਂ ਨੂੰ ਜਿੰਦਾ ਕਰਨਾ ਪਊਗਾ ਤਾਂ ਕਿ ਕਿਸਾਨ ਨੂੰ ਆਪਾਂ ਫੇਰ ਦੁਬਾਰਾ ਦਮਾਮੇ ਮਾਰਦਾ ਮੇਲੇ ਜਾਂਦਾ ਦੇਖੀਏ ਤੇ ਕਿਸਾਨ ਨੂੰ ਫੇਰ ਭੰਗੜੇ ਪਾਉਂਦਾ ਖੇਤਾਂ ਨੂੰ ਜਾਂਦਾ ਦੇਖੀਏ। ਸ਼ੁਕਰੀਆ ਮਾਨਸਾਬ ਬਹੁਤ ਵਧੀਆ ਤੁਸੀਂ ਗੱਲ ਰੱਖੀ ਹੈ। ਔਰ ਉਮੀਦ ਕਰਦੇ ਆ ਕਿ ਤੁਹਾਡੀ ਪਾਰਟੀ ਹੈ ਜਿਹੜੀ ਉਹ ਅੱਛਾ ਪ੍ਰਦਰਸ਼ਨ ਕਰੇ ਚੋਣਾਂ ਦੇ ਵਿੱਚ ਸ਼ੁਭਕਾਮਨਾਵਾਂ ਦਿੰਨੇ ਮਿਹਰਬਾਨੀ ਧੰਨਵਾਦ ਸ਼ਾਸਕਤ